ਇਧਰ ਵਾਦੀਆਂ ਮੈਂ ਸਰਦਾਰ ਕੇਸਰ ਸਿੰਘ ਜੀ ਸਰਪੰਚ ਪਿੰਡ ਸਮਾਣਾ ਉਹ ਬਾਈ ਤੇਰੇ ਨੋਟ ਤਾਂ ਸਾਰੀ ਜ਼ਿੰਦਗੀ ਨਹੀਂ ਮੁੱਕਣੇ ਸਾਡੇ ਨਿਆਣਿਆਂ ਅਤੇ ਪੋਤੇ ਤੇ ਨਹੀਂ ਮੁੱਕਣੇ ਕਹਿੰਦਾ ਨੋਟੇ ਪਹਿਲਾਂ ਹੀ ਪਾਈ ਇਹਨੇ ਦਿਲ ਨਾਲ ਦੇ ਦਿੱਤੇ ਧੰਨਵਾਦ ਤੇਰਾ ਇਹ ਪਹਿਲਾਂ ਸ਼ਾਮ ਨੂੰ ਜਦੋਂ ਘਰ ਦੀ ਗੱਡੀ ਹੋਈ ਲੁਕੋ ਕੇ ਲਿਜਾਣੀ ਕਿਉਂ ਗੱਡੀ ਦੇ ਪਿੱਛਾ ਇੱਕ ਪੂਲੀ ਬੰਨੀ ਹੁੰਦੀ ਸੀ ਚਰੀ ਦੀ ਉਹਦੇ ਵਿੱਚ ਇੱਧਰ ਦੇ ਇੱਕ ਬੋਤਲ ਫਸਾ ਲੈਣੀ ਖੇਤਰ 'ਤੇ ਜਾਂ ਘਰ ਦੀ ਗੱਡੀ ਦੇ ਦੋ ਦੋ ਪੇਗ ਲਾ ਲੈਣੇ ਫਿਰ ਪਰਨਾ ਬੰਨ ਲੈਣਾ ਆਪਣਾ ਪ੍ਰੇਣੀ ਨੂੰ ਘੁਮਾਉਣੀ ਮੇਲੇ 'ਚ ਆਓ ਜਿਹਦਾ ਦਿਲ ਕਰਦਾ ਭਜਾਓ ਮੇਰੇ ਨਾਲ ਬੁੜਦਾਂ ਨੂੰ ਫਿਰ ਦਸ ਦਸ ਬਾਰਾਂ ਬਾਰਾਂ ਮੀਲ ਮੁਕਾਬਲੇ ਹੁੰਦੇ ਬੁੜਦਾਂ ਦੇ ਜਿਹੜੀ ਸਾਈਡ ਨੂੰ ਗੱਡੀਆਂ ਹੁੰਦੀਆਂ ਤੀਆਂ ਕਈ ਨੇ ਜਿਹਦੇ ਨਾਲ ਹੋਰ ਪਾਸੇ ਦੇ ਵੀ ਬੋਹੜ ਵਿੱਚ ਬਾਲ ਲੈਣੇ ਮੁਕਾਬਲਾ ਕਰਨੇ ਨੂੰ 1947 ਦੇ ਵਿੱਚ ਭਾਰਤ ਪਾਕਿਸਤਾਨ ਦੀ ਜਦੋਂ ਵੰਡ ਹੋਈ ਇਹ ਬਾਹਰ 'ਚ ਆਪਣੇ ਲੋਕ ਬੋਹੜ ਭਜਾਇਆ ਕਰਦੇ ਤੇ ਇਸ ਤਰ੍ਹਾਂ ਜਿਵੇਂ ਆਪਾਂ ਹੁਣ ਭਜਾਉਂਦੇ ਨਾ ਦੂਰੀਆਂ ਦੌੜਾਂ ਬਾਹਰ 'ਚ ਕਰਾਇਆ ਕਰਦੇ ਤੇ ਸਰਦਾਰ ਮੋਹਨ ਸਿੰਘ ਭੋਜੇ ਮਾਜਰਾ ਬਾਹਰ ਤੋਂ ਆਪਣੇ ਬੋਹੜ ਲੈ ਕੇ ਆਏ ਸਰਦਾਰ ਗਰਜਾ ਸਿੰਘ ਸਾਲਾਪੁਰ ਉਹ ਵੀ ਆਪਣੇ ਬੋਹੜ ਲੈ ਕੇ ਬਾਹਰ ਤੋਂ ਆਏ 1949 ਦੇ ਵਿੱਚ ਸਰਦਾਰ ਮੋਹਨ ਸਿੰਘ ਨੇ ਇਸ਼ਤਿਹਾਰ ਕਢਾ ਤੇ 12 ਮੀਲ ਦੇ ਪੰਜਾਬ ਸ਼ਹੀਦ ਦਾ ਦਿਲ ਕਰਦਾ ਲਾਓ ਮੇਰੇ ਨਾਲ ਸ਼ਰਤ 6 ਮੀਲ ਜਾਣਗੇ 6 ਮੀਲ ਮੁੜ ਕੇ ਆਉਣਗੇ ਇਸ਼ਤਿਹਾਰ ਪੰਜਾਬ ਦੇ ਗੁਆਂਢੀ ਪਿੰਡ ਸਾਲਾਪੁਰ ਨੇ ਇਸ਼ਤਿਹਾਰ ਫੜ ਲਏ ਜਾ ਕੇ ਇਹ ਸਭ ਤੋਂ ਪਹਿਲੀ ਸ਼ਰਤ ਆਪਣੀ 1949 ਦੇ ਵਿੱਚ ਸਰਦਾਰ ਮੋਹਨ ਸਿੰਘ ਭੋਜੇ ਮਾਜਰਾ ਸਰਦਾਰ ਗਰਜਾ ਸਿੰਘ ਸਾਲਾਪੁਰ ਦੇ ਬੋਹੜ ਭੱਜੇ ਦੇਵੇ ਪੰਮਾ ਦਲਜੀਤ ਕਟਾਣੀ ਧੰਨਵਾਦ ਬੱਚਿਆਂ ਦਾ ਬੜੀ ਮਿਹਰਬਾਨੀ ਅਸੀਂ ਧੰਨਵਾਦ ਕਰਦੇ ਹਾਂ ਬਾਈ ਸਰਬਖ ਸਿੰਘ ਹੋਰਾਂ ਦਾ ਜਿਹਨਾਂ ਨੇ ਅੱਜ ਦੀ ਖੇਡ ਦਾ ਉਦਘਾਟਨ ਕੀਤਾ ਨੈਬ ਸਿੰਘ ਹੋਰਾਂ ਦੇ ਸਪੁੱਤਰ ਨੇ 21,000 ਰੁਪਏ ਦਿੱਤਾ ਧੰਨਵਾਦ ਕਰਦੇ ਹਾਂ ਸਰਦਾਰ ਜਗਜੀਤ ਸਿੰਘ ਹੋਰਾਂ ਦਾ ਉਹ ਵੀ ਬੱਚਾ ਸਾਡਾ ਬਾਹਰ ਬੈਠਾ ਸਰਦਾਰ ਮਹਿੰਦਰ ਸਿੰਘ ਹੋਰਾਂ ਦਾ ਬਾਈ ਹਰਦੇਵ ਸਿੰਘ ਹੋਰਾਂ ਦਾ ਪੁੱਤਰ ਹੈ ਵਾਹਿਗੁਰੂ ਬਾਈ ਹਰਦੇਵ ਸਿੰਘ ਨੂੰ ਵੀ ਆਪਣੇ ਚਰਨਾਂ 'ਚ ਨਿਵਾਸ ਦੇਵੇ ਸਾਡੀ ਖੇਡ ਵੱਲੋਂ ਬਾਈ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਹੈ ਸਾਡੇ ਉਹਨਾਂ ਵੱਲੋਂ 51,000 ਰੁਪਈਆ ਇਹਨਾਂ ਦੇ ਪੋਤਰ ਸਰਦਾਰ ਕਰਮਜੀਤ ਟੋਨੇ ਵੱਲੋਂ 15,000 ਰੁਪਈਆ ਸਰਦਾਰ ਨੇਕ ਸਿੰਘ ਜੀ ਸੋਨੀ ਜਵੰਦਾ ਉਹਨਾਂ ਦਾ ਵੀ 15,000 ਰੁਪਈਆ ਬਾਬਾ ਕਰਮ ਸਿੰਘ ਜੀ ਨਸਲਪੁਰ ਵਾਲੇ ਉਹਨਾਂ ਦਾ ਵੀ 5,100 ਰੁਪਈਆ ਇੱਧਰ ਬੁੱਗਾ ਚੈੜੀਆਂ ਅਰਵਿੰਦਰ ਚਿੰਤਗੜ 1,000 ਰੁਪਈਆ ਜਿਹੜੀ ਗੱਡੀ ਖੇਡ 'ਚ ਪਹਿਲਾ ਨੰਬਰ ਕਰੂਗੀ ਸਪੈਸ਼ਲ ਨਾਮ ਦੇਵਾਂਗੇ ਇਹ ਸ਼ਿਫਟ 'ਚ 100 ਰੁਪਈਆ ਲਾਇਆ ਤਾਂ ਭਾਈ ਅਮਰੇ ਨੇ ਆਹ ਲੇਜੋ ਜੀ ਦਾ ਹੈਗਾ ਇਹ ਬਣਦਾ ਭਾਈ 19 ਬਾਈ 1985 ਅਰਮਾਨ ਜੋਤ ਫੱਲੇਵਾਲ ਮੰਗੀ ਪਹਿਲਵਾਨ ਖਾਨ ਪਰ ਲੈ ਜਾਓ ਨੰਬਰਦਾਰ ਹਰਜੀਤ ਸਿੰਘ ਕੋਟ ਗੰਗੂ ਰਾਏ ਵਾਹ ਨੰਬਰਦਾਰ ਤੇਰੀ ਵੀ ਸਮੇਂ ਨਾਲ ਸੁਣ ਹੋਈ ਆ ਭਾਈ ਬੱਬੀ ਸੋਲੀ ਸਤਵੰਤ ਅੱਬੋਵਾਲ ਧੰਨਵਾਦ ਕਰਦਾ ਆਪਣੇ ਵੀਰਾਂ ਦਾ ਸਰਦਾਰ ਜੱਸੀ ਸਪੁੱਤਰ ਇੰਸਪੈਕਟਰ ਮਹਿੰਦਰ ਸਿੰਘ ਨੰਗਲਾ ਧੰਨਵਾਦੀਆਂ ਜੀ ਛਿੰਦਰ ਖੇੜੀ ਮੰਗੀ ਪਹਿਲਵਾਨ ਖਾਨਪੁਰ ਅਰਮਾਨ ਜੋਤ ਫੱਲੇਵਾਲ ਖਾਨਪੁਰ ਬਈ ਮਾਤਰਵਾਦੀਆਂ ਵਿੱਕੀ ਬਾਠ ਕਰਾਲੀ 200 ਰੁਪਏ ਸਪੈਸ਼ਲ ਨਾਮ ਦੇ ਕੇ ਮੇਰਾ ਮਾਣ ਕਰਦੇ ਮੇਲੇ ਦੇ ਵਿੱਚ ਮੈਂ ਧੰਨਵਾਦੀਆਂ ਵਿੱਕੀ ਬਾਠ ਕਰਾਲੀ ਦਾ ਬਹਾਦਰ ਸਿੰਘ ਓਇੰਦ ਦਾਰਾ ਸਿੰਘ ਮਾਜਰੀ ਦਾ ਫਿਰ ਧੰਨਵਾਦ ਕਰਦਾ ਹੈ ਸਰਪੰਚ ਨੇਤਰ ਸਿੰਘ ਉਹਨੇ ਵੀ ਜ਼ਰੂਰ ਆਏ ਹੋਣਗੇ ਭਾਈ ਉਹਨਾਂ ਦਾ ਵੀ ਬੱਬੂ ਵਿਦੇਸ਼ਾਂ ਹਾਂਜੀ ਬਾਈ ਚੂਰ ਸਿੰਘ ਜੀ ਰੁੜਕੀ ਇਹ ਸਾਡੇ ਜੋ ਬੰਦੇ ਨੇ ਸਫੈਦੀ ਪਾਉਣ ਨੂੰ ਪਰਚੀਆਂ ਫੜਨੇ ਵਾਲੇ 250-250 ਰੁਪਈਆ ਉਹਨਾਂ ਨੂੰ 500 ਰੁਪਈਆ ਰਾਜਾ ਸਮਾਣਾ ਜਿਹੜੇ ਝੰਡੀ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਵੀ ਦਿੰਦੇ ਹਾਂ ਭਾਈ ਧੰਨਵਾਦ ਕਰਦੇ ਹਾਂ ਬੜੀ ਮਿਹਰਬਾਨੀ
ਫੌਜੀ ਪ੍ਰਵੀਰ ਸਿੰਘ ਡਾਂਗਾ ਵੀ ਪਹੁੰਚੇ ਹੋਏ ਨੇ ਭਾਈ ਧੰਨਵਾਦ ਕਰਦਾ ਹਾਂ ਫੌਜੀ ਪ੍ਰਵੀਰ ਸਿੰਘ ਡਾਂਗਾ ਬੜੀ ਮਿਹਰਬਾਨੀ ਹਾਂਜੀ ਜਥੇਦਾਰਾ ਤੂੰ ਵੀ ਆਪਣਾ 100 ਰੁਪਇਆ ਲੈ ਲੈ ਪਾਣੀ ਵਾਲਾ 100 ਰੁਪਇਆ ਲੈ ਜਾ ਭਾਈ ਸਾਹਿਬ ਤਾਂ ਬਰਾਬਰ ਹੀ ਰੱਖਿਆ ਕਰੋ ਕਈ ਵਾਰ ਫਿਰ ਭੁੱਲ ਜਾਂਦੇ ਪੈਸੇ ਲੈ ਲਓ ਆਪਣੇ ਲਓ ਜੀ ਸ਼ਿਫਟ ਗਈ 30 ਸ਼ਿਫਟ ਤੀਜੀ ਚਲੇ ਗਈ ਦਿਲ ਦਰਿਆ ਸਮੁੰਦਰੋਂ ਡੂੰਘੇ ਮੇਰੇ ਕੌਣ ਦਿਲਾਂ ਦੀਆਂ ਜਾਣੇ ਇਹ ਦਿਲ ਬਿਨਾ ਦਾਨ ਵੀ ਨਹੀਂ ਹੁੰਦਾ ਵੀ ਦੱਸ ਦਿੰਦਾ ਸਰਦਾਰ ਜਗਜੀਤ ਸਿੰਘ ਹੋਣੀ ਸਰਦਾਰ ਸੁਰਮੁਖ ਸਿੰਘ ਹੋਣੀ ਸਰਦਾਰ ਹਨੇਕ ਸਿੰਘ ਜੀ ਸੋਨੀ ਜਮੰਦਾ ਸੰਤ ਬਾਬਾ ਕਰਮ ਸਿੰਘ ਜੀ ਸਰਦਾਰ ਕਰਮਜੀਤ ਸਿੰਘ ਟੋਨਾ ਸਰਦਾਰ ਰਵਿੰਦਰ ਸਿੰਘ ਸਰਦਾਰ ਬੁੱਗਾ ਚੈੜੀਆਂ ਚਿੰਤਗੜ੍ਹ ਦਿਲ ਬਿਨਾਂ ਦਾਨ ਨਹੀਂ ਮਿੱਤਰ ਹੋਇਆ ਕਰਦਾ ਇਹ ਵੀ ਦੱਸ ਦਿੰਦਾ ਇਹ ਵੀ ਇੱਕ ਦਾਨ ਹੈ ਤੇ ਇਹ ਗਊ ਦੇ ਜਾਣ ਨੂੰ ਨਾਮ ਦੇਣੇ ਇਹਨਾਂ ਪੈਸਿਆਂ ਨਾਲ ਹੀ ਆਪਾਂ ਸੇਵਾ ਕਰਨੀ ਇਹਨਾਂ ਦੀ ਇਹ ਬਹੁਤ ਵੱਡਾ ਦਾਨ ਹੈ ਦਾਤਾ ਅਤੇ ਭਗਤ ਸੂਰਮਾ ਉਹ ਇੱਥੇ ਕੌਣ ਜੀ ਉਹਨੇ ਤਿੰਨ ਇਨਸਾਨ ਨੇ ਤਿੰਨ ਦੁਨੀਆਂ 'ਚ ਦਾਤਾ ਅਤੇ ਭਗਤ ਸੂਰਮਾ ਤਿੰਨੇ ਜੱਗ ਜਿਉਂਦੇ ਨੇ ਮੜੀਆਂ ਤੇ ਮੇਲੇ ਲੱਗਦੇ ਲੋਕੀ ਨਾ ਲੈਂਦੇ ਨੇ ਮਿੱਤਰੋ ਕੋਈ ਅੱਜ ਦੇ ਸਮੇਂ ਦੇ ਵਿੱਚ ਮੈਂ ਕਹਿੰਦਾ 500 ਰੁਪਈਏ ਦਾ ਨਹੀਂ ਇਤਵਾਰ ਕਰ ਸਕਦਾ ਸਰਪੰਚ ਕੇਸਰ ਸਿੰਘ ਉਹਨਾਂ ਨੇ ਉਹਨਾਂ ਸਮਿਆਂ ਦੇ ਵਿੱਚ ਅੱਜ ਉਹ 20 ਲੱਖ ਰੁਪਈਆ ਜਿਹੜਾ 2 ਲੱਖ ਰੁਪਈਆ ਤਾਂ ਜੇ ਮੈਂ ਗੱਲ ਕਰਦਾ ਅੱਜ ਦੀ ਗੱਲ ਕਰੀਏ 20 ਲੱਖ ਰੁਪਈਆ 1 ਰੁਪਈਏ ਤੋਂ ਬਿਨਾਂ ਰਜਿਸਟਰੀ ਕਰਾ ਦੇਣੀ ਕਿਹੜਾ ਕਰਾ ਦੂੰ ਮੈਨੂੰ ਤਾਂ ਕੋਈ ਲੱਗਦਾ ਨਹੀਂ ਸੂਰਮਾ ਕਿਹੜੀ ਗੱਲ ਨੂੰ ਮੈਂ ਇਹਨਾਂ ਦੇ ਪਿੰਡ ਬਹੁਤ ਪਜਾਉਣ ਆਉਂਦਾ ਤਾਂ ਉਹੀ ਮੇਰੀ ਬਾਗ ਬੀਤੀ ਸਾਡਾ ਦੋਸਤ ਆ ਮੁੰਡਾ ਮੇਰੇ ਨਾਲ ਨੌਕਰੀ ਕਰਦਾ ਤਾ ਲੈ ਬਾਈ ਪੈਸੇ ਲੈ ਲਾ ਆਪਣੇ ਦਲਜੀਤ ਸਿੰਘ ਟੋਡਰ ਮਾਜਰਾ ਉਹ ਇਹਨਾਂ ਨੂੰ ਜਾਣਦਾ ਤਾ ਟੋਡਰ ਮਾਜਰਾ ਨੇੜੇ ਤਾਂ ਮੌੜੀ ਦੇ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ ਮੈਨੂੰ ਕਿਤੇ ਹੱਸੀ 'ਚ ਕਹਿਣ ਲੱਗਿਆ ਤਾਂ ਕਹਿੰਦਾ ਪਲਾਟ ਲੈਣਾ ਨਾ ਮੈਂ ਨਹੀਂ ਪੀਣਾ ਬਾਤਾਂ ਹੈਂ ਉਹ ਕਲੀ ਵਾਲੇ ਹੈਗੇ ਉੱਥੇ ਹੈਗੇ ਮੁੰਡੇ ਉਹ ਕਲੀ ਵਾਲੇ ਕਿੱਥੇ ਆ ਬਈ ਸੁੱਖੇ ਹੋਏ ਬਈ 29 ਤਰੀਕ ਨੂੰ ਪਿੰਡ ਢੁਆਣਾ ਮਾਸਟਰ ਮਹਿੰਦਰ ਸਿੰਘ ਢੁਆਣਾ ਦਾ ਪਿੰਡ ਹੈ ਭਾਈ ਉਹ ਨੌਜਵਾਨ ਕਈ ਆਏ ਹੋਏ ਹੋਰ ਭਾਈ ਮੈਂ ਉੱਥੇ ਹੰਟ 'ਤੇ ਗਿਆ ਤਾ ਦੌੜ ਦੇਖਣ ਬੜਾ ਮਾਣ ਦਿੱਤਾ ਤਾ ਇਹਨਾਂ ਨੇ ਅਸੀਂ ਤਾਂ ਦੂਰ ਜਾ ਕੇ ਖੜ ਗਏ ਤੇ ਵੀ ਚਲੋ ਦੌੜਾਂ ਦੇਖ ਕੇ ਹੰਟ ਦੀਆਂ ਖੇਡਾਂ ਦੇਖ ਕੇ ਮੁੜ ਜਾਵਾਂਗੇ ਪਰ ਮੁੰਡਿਆਂ ਨੇ ਭਾਈ ਇਕੱਠੇ ਹੋ ਕੇ ਜਾ ਕੇ ਸਾਨੂੰ ਤਾਂ ਜਦੇ ਬੁਲਾ ਕੇ ਲਿਆਂਦਾ ਟਰਾਲੀ 'ਚ ਬਿਠਾ ਲਿਆ ਬੜਾ ਮਾਣ ਦਿੱਤਾ ਇਹਨਾਂ ਜਵਾਨਾਂ ਨੇ 29 ਤਰੀਕ ਨੂੰ ਖੇਰੇ ਦੁੱਗੇ ਬੱਚਿਆਂ ਦਾ ਗੇੜਾ ਹੈ ਜੀ ਔਰ ਦੂਰੀਆਂ ਦੌੜਾਂ ਹੋਣਗੀਆਂ ਪਿੰਡ ਢੁਆਣੇ ਦੇ ਵਿੱਚ ਨੋਟ ਕਰ ਲਿਓ ਮੇਰੇ ਵੀਰ ਬਾਈ ਐਸੇ 29 ਤਰੀਕ ਨੂੰ ਪਿੰਡ ਢੁਆਣੇ ਦੂਰੀਆਂ ਦੌੜਾਂ ਹੋਣਗੀਆਂ ਔਰ ਬੱਚਿਆਂ ਦਾ ਗੇੜਾ ਹੋਊਗਾ ਬਈ ਖਿੱਚੋ ਗੱਡੀ ਮੱਲੋ ਖਿੱਚੋ ਰਾਜਾ ਕਹਿੰਦਾ ਵੀ ਚਾਹ ਚਾਹੀਦੀ ਹੈ ਸਾਲਾ ਉੱਡੇ ਕਿ ਦੂਰ ਤੇਰਾ ਘਰ ਹੈ ਉੱਧਰ ਨੂੰ ਸੁਨੇਹਾ ਦੇ ਦੇ ਇੱਧਰ ਨੂੰ ਸੁਨੇਹਾ ਸਾਡੇ ਕੋਲ ਤਾਂ ਦਿੰਦਾ ਕਹਿੰਦਾ ਚਾਹ ਮੰਗਾ ਦਿਓ ਜੀ ਆ ਪਰਾਂ ਸਮਾਣਾ ਮਾਰ ਪਰਾਂ ਨੂੰ ਕੋਈ ਜ਼ੋਰ ਦੀ ਆਵਾਜ਼ ਤਿਆਰੀ ਆ ਭਾਈ
ਮੈਂ ਬੱਚੇ ਮੋੜ ਦਿਓ ਜੇ ਮਗਰ ਬੱਚੇ ਆਉਂਦੇ ਵੀ ਸਾਈਂ ਮੋੜੋ ਵੀ ਮੋੜੋ ਹੁਣ ਨਹੀਂ ਜਾਣ ਦੇਣੇ ਵੀ ਚੰਡੀ ਖੜੀ ਆ ਬਈ ਗੱਡੀ ਦੂਰ ਕਰ ਲਓ ਬਈ ਗੱਡੀ ਦੂਰ ਕਰੋ ਬੱਚੇ ਰੁਕ ਕਰ ਦਿਆ ਕਰਦੇ ਤਿਆਰੀ ਹੈ ਬਈ ਹਾਂ ਪਹਿਲਾਂ ਲੈ ਜਾ ਕਰੋ ਯਾਰ ਤੁਸੀਂ ਪਹਿਲਾਂ ਕਿਉਂ ਨਹੀਂ ਜਾਂਦੇ ਜਾਂ ਬੱਚੇ ਜਾਂਦੇ ਗੱਡੀਆਂ ਜਦੇ ਨੂੰ ਜਾਓ ਆਹ ਇੱਕ ਹੁਣ ਦੀਪੜੀ ਫਿਰਦੇ ਉਹ ਸਾਰੇ ਉਹ ਖੇਡ ਇਹ ਮੰਡੀ ਹੈ ਬਜਾਦਰ ਕਰਿਆ ਪਾਣੀ ਪਿਲਾਉਣ ਖੋਲ੍ਹ ਲਏ ਖੇਡਦਾਰ ਮੰਡੀ ਦਾ ਫਰਕ ਹੁੰਦਾ ਮਿੱਤਰੋ ਸਹਿਮੇ ਨਾਲ ਆਇਆ ਕਰੋ ਆਪਣੇ ਬੱਚੇ ਲੈ ਕੇ ਫੱਗੂਵਾਲ ਨਾਰ ਸਿੰਘ ਫੱਗੂਵਾਲ ਹੈ ਪਿੰਡ ਤਿਆਰੀ ਭਾਈ ਸ਼ੇਰ ਸਿੰਘ ਮੀਮਸਾ ਨਾਰ ਸਿੰਘ ਫੱਗੂਵਾਲਾ ਚੱਲ ਕੋਈ ਲਿਖ ਲੈ ਮੱਲਾ ਕੋਈ ਨਹੀਂ ਚੱਕ ਦੇ ਫਟੇ ਤੂੰ ਤਿਆਰੀ ਆ ਭਾਈ ਦਾਤਾ ਅਤੇ ਭਗਤ ਸੂਰਮਾ ਤਿੰਨੇ ਜੱਗ ਜਿਉਂਦੇ ਨੇ ਮੜੀਆਂ 'ਤੇ ਮੇਲੇ ਲੱਗਦੇ ਨੁੱਕੀ ਨਾ ਲੈਂਦੇ ਨੇ ਕੱਲ੍ਹ ਬਾਬਾ ਮੁਨੀ ਦਾਸ ਜੀ ਉੱਥੇ ਝਾੜ ਹੈ ਜਿੱਥੇ ਗੱਲ ਖੇਡ ਹੋਈ ਆਪਣੀ ਵੱਡੇ ਵੱਡੇ ਝਾੜ ਹੈ ਇਹ ਬੁੱਗੇ ਉਹਨਾਂ ਨੇ ਦੱਸਿਆ ਵੀ ਬਾਬਾ ਜੀ ਨੇ ਸਾਰੀ ਜ਼ਿੰਦਗੀ ਨਾ ਝਾੜਾਂ ਦੇ ਥੱਲੇ ਕੱਟੀ ਸਾਰੀ ਜ਼ਿੰਦਗੀ ਚਾਹੇ ਸਿਆਲ ਦਾ ਚਾਹੇ ਮੀਂਹ ਦਾ ਚਾਹੇ ਗਰਮੀ ਦੀ ਝਾੜਾਂ ਵਿੱਚ ਰਹੇ ਕਹਿੰਦੇ ਇਹੋ ਜਿਹੇ ਭਗਤ ਹੈ ਰੱਬ ਦੇ ਜਿਹੜੇ ਭਾਈ ਜਿਹਨਾਂ ਨੇ ਆਪਦੇ ਮਾਲਕਾਂ ਨੂੰ ਯਾਦ ਕੀਤਾ ਇਹ ਗ੍ਰੰਥ ਸਾਹਿਬ 'ਚ ਲਿਖਿਆ ਨੌ ਦਰਵਾਜ਼ੇ ਪ੍ਰਗਟ ਹੋਏ ਦਸਵਾਂ ਗੁਪਤ ਰਖਾਈ ਦਾ ਜਿਹੜਾ ਦਸਵਾਂ ਦਰਵਾਜ਼ਾ ਹੈ ਕੋਈ ਭਾਗਾਂ ਵਾਲੇ ਖੋਲ੍ਹਦਾ ਆਪਣੇ ਨੂੰ ਉਹ ਨਹੀਂ ਖੁੱਲ੍ਹਦਾ ਜੇ ਖੋਲੂਗਾ ਬਾਬੇ ਇੱਕ ਰੱਬ ਦਾ ਪਿਆਰਾ ਬਣ ਜੂ ਤਿਆਰੀ ਆ ਭਾਈ ਆ ਗਈ ਭਾਈ ਇੱਕੀ ਤਰਤਾਲੀ ਦਾ ਸਮਾਂ ਜੀ ਇੱਕੀ ਤਰਤਾਲੀ ਪਹਿਲਾ ਵੇਲਾ ਨਾਰ ਸਿੰਘ ਉਹਨਾਂ ਦਾ ਪੱਗੂਵਾਲਾ ਸਾਡੇ ਵੱਲ ਸ਼ਮਸ਼ੇਰ ਸਿੰਘ ਉਹਨਾਂ ਦਾ ਪਿੰਡ ਮੀਮਸਾ ਗੜਵਾਨੀ ਕਰ ਗਏ ਪੰਡਿਤ ਜੱਬੋ ਮਾਜਰਾ ਬਈ ਜੱਗੀ ਖਿਰਨੀ ਆ ਜੱਗੀ ਜਾਈ ਮੱਲ ਤੈਨੂੰ ਸਾਧਦੇ ਆ ਉੱਧਰ ਜੱਗੀ ਖਿਰਨੀ ਆ ਕੋਈ ਬੱਚੇ ਭਜਾ ਕੇ ਲਿਆਉਣੇ ਹੋਣੇ ਜਾਈ ਉੱਧਰ ਨੂੰ ਤਿਆਰੀ ਆ ਭਾਈ ਭਾਈ ਚੋੜ ਸਿੰਘ ਰੁੜਕੀ ਜਮਾਂ ਹੀ ਬੁੜਾ ਹੋਇਆ ਬੋਰਡ ਮਿੱਤਰ ਜਿਹੜੇ ਮੈਂ ਠੱਕਰ ਵਾਲੀ ਦੀ ਗੱਲ ਕਰਦਾ ਨਾ ਆ ਗਈ ਭਾਈ ਭਾਈ ਚਰ ਸਿੰਘ ਗਿੱਲ ਨੇ ਖਰੀਦ ਲਿਆ ਤਾ ਉਹਨਾਂ ਦੇ ਵਿਕੇ ਇਹਨਾਂ ਕੋਲ ਗਿਆ ਤਾ ਆਖਿਰ ਬੁਢਾਪੇ ਵੇਲੇ ਚਰਨ ਸਿੰਘ ਨੂੰ ਪੈਰੀ ਹੱਥ ਲਾਉਣੇ ਪੈ ਗਏ ਤੇ ਗਊ ਦੇ ਜਾਏ ਦੇ ਇੰਨਾ ਬੋਰਡ ਭੱਜਦਾ ਤਾਂ ਬੁੜਾ ਹੋਇਆ ਵੀ ਇੱਕੀ ਪੈਂਹਠ ਦਾ ਸਮਾਂ ਜੀ ਇੱਕੀ ਪੈਂਹਠ ਇਹ ਹੈਪੀ ਉਹਨਾਂ ਦੇ ਹੈ ਪਿੰਡ ਮੁਕਸੂਦੜੇ ਤੋਂ ਗੜਵਾਨੀ ਕਰ ਗਿਆ ਭਾਈ ਮਾਣਾ ਪਿੰਡ ਮੁਕਸੂਦੜੇ ਤੋਂ ਬੱਚੇ ਭੱਜ ਗਏ ਹੈਪੀ ਦੇ ਪਿੰਡ ਮੁਕਸੂਦੜੇ ਤੋਂ ਗੜਵਾਨੀ ਕਰ ਗਿਆ ਭਾਈ ਲਾਲਾ ਪਿੰਡ ਮਾਣਾ ਪਿੰਡ ਮੁਕਸੂਦੜੇ ਤੋਂ ਦਾ ਭਾਈ ਬਹੁਤ ਕੁਝ ਦੇਖਣਾ ਪੈਂਦਾ ਕਿਹਦਾ ਕਿਹਦਾ ਮਾਣ ਰੱਖ ਲਾ ਕਿ ਲਈ ਜ਼ਿੰਦਗੀ ਯਾਰ ਬਥੇਰੇ ਸਾਰੇ ਤੁਸੀਂ ਮਿੱਤਰ ਹੋ ਭਾਈ ਸਾਡਾ ਫਰਜ਼ ਬਣਦਾ ਥੋੜ੍ਹਾ ਸਾਰਿਆਂ ਦਾ ਮਾਣ ਸਤਿਕਾਰ ਹੋ ਜਾਵੇ ਖੇਡ ਦੇ ਵਿੱਚ ਇਲਾਕਾ ਨਿਵਾਸੀ ਵੀਰੋ ਜਿੰਨੇ ਤੁਸੀਂ ਦਰਸ਼ਕ ਵੀਰ ਖੇਡ ਮੇਲੇ ਨਾਲ ਜੁੜੇ ਹੋ ਸਾਡਾ ਨਗਰ ਸਮਾਣਾ ਤੁਹਾਡਾ ਸਭ ਦਾ ਧੰਨਵਾਦ ਕਰਦਾ ਲੰਗਰ ਜ਼ਰੂਰ ਛਕਦੇ ਰਹੋ ਜਿਹੜੇ ਜਵਾਨ ਲੰਗਰ ਦੀ ਸੇਵਾ ਕਰ ਰਹੇ ਵਰਤਾ ਰਹੇ ਹੈ ਮੈਂ ਉਹਨਾਂ ਦਾ ਫਿਰ ਧੰਨਵਾਦ ਕਰਦਾ ਆ ਗਈ ਭਾਈ
94 ਦਾ ਸਮਾਂ ਜੀ ਇਹ ਲਾਡੀ ਉਹਨਾਂ ਦੀਆਂ ਹੁਸ਼ਿਆਰਪੁਰ ਤੋਂ ਸਮਾਂ ਲਾ ਕੇ 20 ਸੈਕਿੰਡ 94 ਪੁਆਇੰਟ 94 94 ਮਿਹਰਬਾਨੀ ਕਰਕੇ ਦੀਪਾ ਚੜਾਉਣਾ ਬੜੀ ਜੱਜਮੈਂਟ ਹੈ ਟਾਈਮ ਦੀ 20 ਕਿਹਾ ਦੇਖ ਲਓ ਪੂਰਾ 20 ਲੱਗਿਆ ਘੜੀ ਤਾਂ ਕੋਈ ਨਹੀਂ ਇਹਦੇ ਕੋਲ ਹਾਂਜੀ 20 ਸੈਕਿੰਡ 94 ਪੁਆਇੰਟ ਬਾਈ ਇੱਕ ਬੇਨਤੀ ਹੈ ਮੇਰੀ ਆਪਣੀ ਖੇਡ ਦੇ ਵਿੱਚ ਅੱਜ ਔਰ ਕੱਲ੍ਹ 3 ਮੁੰਦੀਆਂ ਪੈਣੀਆਂ ਕੱਲ੍ਹ ਨੂੰ 3 ਬੌਰਡ ਵੀ ਸਨਮਾਨੇ ਜਾਣੇ ਆਪਾਂ ਉੱਧਰ ਨੂੰ ਤਿਆਰ ਹੀ ਨਹੀਂ ਗਿਆ ਹਾਲੇ ਅੱਜ ਅੰਮ੍ਰਿਤ ਗਦਾਈਆਂ ਗਿਆਨੀ ਲੰਘਦਾ ਮਾਨ ਸਨਮਾਨ ਹੋਣਾ ਕੱਲ੍ਹ ਨੂੰ ਦੀਪਾ ਜਟਾਣਾ ਨੂੰ ਸੋਨੇ ਦੀ ਮੁਦਰੀ ਦਾ ਮਾਨ ਸਨਮਾਨ ਹੈ ਮਾਨ ਸਨਮਾਨ ਕੌਣ ਕਰ ਰਹੇ ਨੇ ਸਰਦਾਰ ਰਾਜੂ ਸਰਾਲਾ ਦੁਆਬਾ ਕੈਨੇਡਾ ਸਰਦਾਰ ਕਰਮਜੀਤ ਕੰਮਾ ਬਲਾਲਾ ਕੈਨੇਡਾ ਸਰਦਾਰ ਅਕਵਾਲ ਸਿੰਘ ਸਿਆਲ ਸਪੁੱਤਰ ਭਵਿੰਦਰ ਸਿੰਘ ਕੈਨੇਡਾ ਸਰਦਾਰ ਬੱਬੂ ਪਿੰਡ ਵਿਦੇਸ਼ਾਂ ਸਰਦਾਰ ਪ੍ਰੀਤਮ ਸਿੰਘ ਉਹਨਾਂ ਦਾ ਪੁੱਤਰ ਹੈ ਬੱਬੂ ਵਿਦੇਸ਼ਾਂ ਇਹਨਾਂ ਵੱਲੋਂ ਆ ਗਈ ਭਾਈ 2 ਅੱਜ ਜਟਾਣਾ ਕੱਲ੍ਹ ਅੰਮ੍ਰਿਤ ਗਦਾਈਆਂ ਅਤੇ ਗਿਆਨੀ ਲੰਘ ਨੂੰ ਅੱਜ ਸੋਨੇ ਦੀਆਂ ਮੁੰਦੀਆਂ ਨਾਲ ਮਾਨ ਹੈ ਜੀ ਸਾਈ ਕਰੋ ਧਿਆਨ ਮੇਰੇ ਵੱਲ ਨੂੰ ਟਾਈਮ ਹੈ ਗੱਡੀ ਦਾ ਤੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਬਣ ਗਿਆ ਕੋਕਾ ਜੀ ਟਾਈਮ ਹੈ ਭਾਈ 19 ਸੈਕਿੰਡ 65 ਪੁਆਇੰਟ ਦਾ ਸਮਾਂ ਲਾਇਆ ਬੱਚਿਆਂ ਨੇ ਵੀ 19 ਪੁਆਇੰਟ ਇਹ ਪ੍ਰਭਜੋਤ ਕੌਰ ਹੇੜੀ ਕੇ ਪ੍ਰਭਜੋਤ ਸਿੰਘ ਜਸਮੀਨ ਕੌਰ ਉਹ ਧੰਨੋ ਵੀਰੋ ਤੁਹਾਡੇ ਤੁਸੀਂ ਜਿਹੜੇ ਬੱਚੀ ਦੇ ਲਾਉਂਦੇ ਐਂਟਰੀ ਕਰਾਉਂਦੇ ਹੋ ਧੰਨਵਾਦ ਤੁਹਾਡਾ ਛੱਡੋ ਧੀਆਂ ਨੂੰ ਕੁੱਖਾਂ 'ਚ ਮਾਰਨਾ ਜੇ ਆਪਾਂ ਜਨਮ ਲੈਣ ਤੋਂ ਪਹਿਲਾਂ ਹੀ ਤੋਰ ਦਿੰਦੇ ਹਾਂ ਇਹ ਵੀ ਉਹ ਸਾਥੀ ਹੈ ਜਿਹੜੇ ਬੱਚਿਆਂ ਦੇ ਲਾਉਂਦੇ ਐਂਟਰੀ ਕਰਾਉਂਦੇ ਆ ਗਈ ਭਾਈ ਘੱਟ ਸਮਾਂ ਹੁਣ 19 ਪੁਆਇੰਟ ਕਰ ਗਏ ਜੀ ਧਿਆਨ ਰੱਖਿਓ ਚੌਵੀ ਛਾਟ ਦਾ ਸਮਾਂ ਜੀ ਗੁਰਵਿੰਦਰ ਸਿੰਘ ਸੇ ਗੁਰਸ਼ਰਨ ਉਟਾਲਾ ਕੈਨੇਡਾ ਗੁਰਬਾਨੀ ਕਰ ਗਿਆ ਡਾਕਟਰ ਕਹਿੰਦੀ ਪਿੰਡ ਕੁੱਲੇਵਾਲ ਸਵਰਾਲੀ ਦੀ ਬੁੱਕਲ 'ਚ ਵਸਿਆ ਪਿੰਡ ਹੈ ਰਾਜੇਵਾਲ ਸਾਹਮਣੇ ਕੁੱਲੇਵਾਲ ਬਸ ਸ਼ਿਵਟੇ ਤੀਹ ਪਾਦੀ ਹੈ ਕੱਲ੍ਹ ਨੂੰ 3 ਬੁਰਦਾਂ ਦਾ ਵੀ ਮਾਨ ਸਨਮਾਨ ਹੈ ਸਮਾਣੇ ਵਾਲੇ ਵੱਲੋਂ ਗਿਆਨੀ ਬਲਵੀਰ ਸਿੰਘ ਕਕਰਾਲੀ ਉਹਨਾਂ ਦਾ ਕਾਲੇ ਦਾ ਸਨਮਾਨ ਗਰਮੇਲ ਸਿੰਘ ਸਰਪੰਚ ਬਾਲਸੰਡੇ ਦਾ ਪੀਲੇ ਦਾ ਸਨਮਾਨ ਜਗਤਾਰ ਸਿੰਘ ਬਾਲਸੰਡਾ ਬੱਗੇ ਦਾ ਸਨਮਾਨ ਇਹ 3 ਬਹੁਤ ਵੀ ਕੱਲ੍ਹ ਨੂੰ ਆਪਣੀ ਖੇਡ ਸਨਮਾਨੇ ਜਾਣਗੇ ਵੀ ਤਿਆਰੀ ਹੈ ਭਾਈ ਕਰਮਜੀਤ ਕੰਮਾ ਬਲਾਲਾ ਕੈਨੇਡਾ ਰਾਜੂ ਸਰਾਲਾ ਕੈਨੇਡਾ ਅਕਵਾਲ ਸਿਆਲ ਕੈਨੇਡਾ ਬੱਬੂ ਵਿਦੇਸ਼ਾਂ ਜੀ ਸੋਨੇ ਦੀਆਂ ਮੁਦਰੀਆਂ 3 ਇਹਨਾਂ ਵੱਲੋਂ 8 ਜੂਨ ਨੂੰ ਦਲਾਵਰ ਸਿੰਘ ਦਿੱਲੀ ਰਾਣੇਵਾਲ ਟੱਪਣੀਆਂ ਇਨਾਮ ਦੇ ਵਿੱਚ 5 ਮੋਟਰਸਾਈਕਲ ਹੋਣਗੇ ਜੀ ਪਹਿਲੇ 5 ਨੂੰ 3 ਮਾਨ ਸਨਮਾਨ 'ਚ ਮੋਟਰਸਾਈਕਲ ਹੋਣਗੇ ਜੀ ਲਖਵੀਰ ਸਿੰਘ ਖੰਡੂਪੁਰੀਆ ਕਾਲਾ ਮਹਿਤਪੁਰ ਕਾਲਾ ਰਾਣੇਵਾਲ ਟੱਪਣੀਆਂ ਇਹਨਾਂ 3 ਦੇ ਵੀ ਮੋਟਰਸਾਈਕਲ ਨਾਲ ਮਾਨ ਸਨਮਾਨ ਹੈ 8 ਜੂਨ ਨੂੰ ਸਾਡਾ ਅਜੀਜ਼ ਗੋਲੂ ਭਜੌਲੀ ਜਾਣਕਾਰੀ ਦੇ ਰਿਹਾ ਆਪਣੇ ਮੇਲੇ ਦੀ 8 ਜੂਨ ਦੀ ਇਹ ਦੇਖਣ ਉਹ ਖੇਡ ਮੇਲਾ ਹੋਊਗਾ ਲੋਕ ਦਰਸ਼ਕ ਵੀਰੋ ਜ਼ਰੂਰ ਪਹੁੰਚਿਓ ਦੇਖਣ ਵਾਲੇ ਵੀਰ ਵੀ ਆਪਦੇ ਬਾਲ ਲੈ ਕੇ ਵੀ ਪਹੁੰਚਿਓ ਬੜਾ ਦੁੱਖ ਹੋਇਆ ਜਾਂ ਪਤਾ ਲੱਗਿਆ ਪਹਿਲੀ ਗੱਲ
ਆ ਗਈ ਭਾਈ ਇਕੱਤੀ ਦਾ ਸਮਾਂ ਜੀ ਸਰਦਾਰ ਗੁਰਪ੍ਰੀਤ ਸਿੰਘ ਪਿੰਡ ਆਨੰਦਪੁਰ ਟਾਈਮ ਹੈ 20:31 ਮੋਹਰਾ ਮੋਹਰਾ ਕਿੱਥੇ ਚੱਲਿਆ ਕਹਿੰਦਾ ਆਨੰਦਪੁਰ ਨੂੰ ਡੰਡੀਆਂ ਲਿਆ ਦੀ ਮੇਰੀ ਚੰਦਕੁਰ ਨੂੰ ਪਹਿਲਾਂ ਨਾ ਹੋਇਆ ਕਰਦੇ ਤੇ ਬੁੜੀਆਂ ਦੇ ਆਨੰਦਕੁਰ ਚੰਦਕੁਰ ਸੰਤੀ ਬਸੰਤੀ ਤੇਜੋ ਗੇਜੋ ਇਹ ਨਾ ਹੋਇਆ ਕਰਦੇ ਤੇ ਪਹਿਲਾਂ ਭਾਈ ਬੁੜੀਆਂ ਦੇ ਵੀ ਹੁਣ ਤਾਂ ਨਵੇਂ ਬੜੇ ਬੜੇ ਨਿਆਣਿਆਂ ਦੇ ਤਿਆਰੀ ਆ ਭਾਈ ਬਹੁਤ ਸਾਰੇ ਜਵਾਨ ਆਪਣੇ ਮੇਲੇ 'ਚ ਘੁੰਮਦੇ ਤੁਹਾਨੂੰ ਦਿਖਣਗੇ ਜਿਹਨਾਂ ਨੇ ਕਾਲੀਆਂ ਗਾਨੀਆਂ ਗਲ 'ਚ ਪਾ ਕੇ ਔਰ ਸੋਨੇ ਦੀਆਂ ਤਬੀਤੀਆਂ ਪਾਈਆਂ ਹੋਈਆਂ ਵਿੱਚ ਉਹ ਸਮਝ ਲਓ ਦੁਆਬੇ ਦਾ ਜਵਾਨ ਹੈ ਬੜਾ ਰਿਵਾਜ਼ ਹੈ ਉੱਧਰ ਹਾਲੇ ਇਹਨਾਂ ਚੀਜ਼ਾਂ ਦਾ ਤਿਆਰੀ ਆ ਭਾਈ ਗੋਗੀ ਹਰੀਪੁਰ ਹਾਂ ਬਾਈ ਗੋਗੀ ਹਰੀਪੁਰ ਵੀ ਇੱਕ ਮੁੰਡਾ ਸਾਡਾ ਵਿੱਚ ਇਹਨਾਂ ਦੇ ਗੋਗੀ ਹਰੀਪੁਰ ਰਾਜੂ ਸਰਾਲਾ ਆ ਗਈ ਬਾਈ ਕੰਮਾ ਬਲਾਲਾ ਅਗਵਾਲ ਸਿਆੜ ਬੱਬੂ ਵਿਦੇਸ਼ਾ ਇਹ ਬਾਕੀ ਦੇ ਸਾਰੇ ਮੁੰਡੇ ਕੈਨੇਡਾ 'ਚ ਬੱਬੂ ਨੂੰ ਛੱਡ ਕੇ ਇਹ ਗੋਗੀ ਹਰੀਪੁਰ ਉਹ ਵੀ ਸਾਡਾ ਅਜੀਜ਼ ਹੈ ਪਰਮ ਮਿੱਤਰ ਹੈ ਭਾਈ ਅਮਰੀਕਾ 'ਚ ਉਹ ਇੱਕੀ 51 ਦਾ ਸਮਾਂ ਜੀ ਦੋਵੇਂ ਸਗਨ ਵਾਲੇ ਕਰਤੇ ਇਹਨਾਂ ਨੇ 21 ਵੀ 51 ਵੀ ਇਹ ਨੀਟੇ ਦੇ ਬੈਠੇ ਸਮਰਾਲਾ ਨੀਟਾ ਸਮਰਾਲਾ ਇਹ ਸਮਰਾਲੇ 'ਚ ਰਹਿੰਦਾ ਮੁੰਡਾ ਨੀਟਾ ਸਮਰਾਲਾ ਮੁੱਕਰ ਗਏ ਆ ਗਈ ਭਾਈ ਪੱਚੀ 28 ਦਾ ਸਮਾਂ ਜੀ 25:28 ਇਹ ਸਰਦਾਰ ਮੁਖਤਿਆਰ ਸਿੰਘ ਉਹਨਾਂ ਦੇ ਪਿੰਡ ਜਰਗੜੀ ਜੌੜੇਪੁੜਾਂ ਦੇ ਉਰੇ ਪਿੰਡ ਹੈ ਜਰਗੜੀ ਸਰਦਾਰ ਮੁਖਤਿਆਰ ਸਿੰਘ ਜਰਗ ਇਹ ਪੁਰਾਣੇ ਖਿਲਾੜੀਆਂ ਜੋਏ ਹੈ ਚੌਧਰੀ ਜਗਨਨਾਥ ਜੀ ਖੰਨਾ ਹਰਚੰਦ ਸਿੰਘ ਜੀ ਢਿਨਾਰੀ ਗਲਾਂ ਅਜੀਤ ਸਿੰਘ ਘੁੜਾਣੀ ਗਲਾਂ ਚਰ ਸਿੰਘ ਗਿੱਲ ਪਿੰਡ ਗਿੱਲਾ ਜਦੋਂ ਬਾਈ ਚਰ ਸਿੰਘ ਆ ਗਈ ਬਾਈ ਆਪਣੀ ਖੇਡਾਂ ਨਾਲ ਜੁੜੇ ਸਭ ਤੋਂ ਪਹਿਲਾਂ ਬੋਰਡ ਉਹਨਾਂ ਨੇ ਬਾਈ ਪ੍ਰੇਮ ਸਿੰਘ ਸਮਾਣਾ ਅਤੇ ਨੀਲਾ ਖਰੀਦ ਕੇ ਲੈ ਗਏ ਅਤੇ ਉਹ ਟੋਪੀਆਂ ਚੜ੍ਹੀਆਂ ਜਿਹੜੇ ਬੋਰਡ 'ਤੇ ਜਾਤੇ ਬਾਈ ਗਿੱਲ ਖੇਡ ਨਾਲ ਜੁੜੇ ਤੇ ਲਓ ਜੀ ਸੁਣੋ ਸਮਾਂ ਗੌਰ ਨਾਲ ਕਰੋ ਧਿਆਨ ਮੇਰੇ ਵੱਲ ਨੂੰ ਟੁੱਟ ਪੈਣੇ ਨੇ ਜਿਹੜੇ ਬਿਮਾਰੀ ਮੇਰੀ ਅੱਖ ਵਿੱਚ ਰਸ ਪੈ ਗਿਆ ਟਾਈਮ ਹੈ ਗੱਡੀ ਦਾ ਲੈ ਮੁੰਡਿਆ ਦੋਵੇਂ ਘੜੀਆਂ ਦੇਖ ਲੈ ਇੱਕ ਕਿਆ ਦੇਖਣੀ ਹੈ ਫਰਕ ਤਾਂ ਨਹੀਂ ਕਿਸੇ ਪਰ ਸਮਾਂ ਫਿਰ 19:50 ਦਾ ਹੈ ਜੀ 19:50 ਅੰਤ ਜੰਡ ਤਰੂ ਦਾਉਦਰ ਮੀਤਾ ਮਿਲ ਗਿਆ ਇਹ ਉਹਨਾਂ ਦੇ ਬੱਚੇ ਭੱਜ ਗਏ ਬਈ ਧੂੜ ਹਾਲੇ ਵੀ ਰਾਹ 'ਚ ਉੜਦੀ ਜਾਂਦੀ ਹੈ ਉੜਦੀ ਧੂੜ ਦਿਸੇ ਗੱਡੀ ਯਾਰ ਦੀ ਨਜ਼ਰ ਨਾ ਆਵੇ ਅੰਮ੍ਰਿਤ ਜੰਡ ਬੈਠੇ ਵੀ ਜਵਾਨ ਨੇ ਭਾਈ ਕਦ ਦੇਖੋ ਪੱਲੇ ਬੈਠੇ ਤਾਂ ਭਾਈ ਗੁਰੂ ਦੀ ਕਿਰਪਾ ਨਾਲ
ਮੂਰਤਾਂ ਵਰਗੇ ਬੜੇ ਮੂਰਤਾਂ ਵਰਗੇ ਤਿਆਰੀ ਆ ਭਾਈ ਸ਼ਬਦ ਤੀਜੀ ਵੱਜ ਰਹੀ ਹੈ ਇਹਨੂੰ ਕਹਿੰਦੇ ਮੁਕਾਬਲਾ ਕੱਲ ਆਪਣੇ ਆ ਗਈ ਭਾਈ ਜਿਹੜੀ ਕਲਾਲ ਦੌੜਾਂ ਦੀਆਂ ਕਲਾਲ ਵੱਜ ਰਹੇ ਬੁੱਗਾ ਚੈੜੀਆਂ ਅਰਵਿੰਦਰ ਚਿੰਤਗਲ ਬਾਬੂ ਉਪਦੇਸ਼ਾਂ ਕੰਮਾਂ ਬਲਾਲਾ ਪਹਿਲੇ ਦੂਏ ਇਹਨਾਂ ਨੇ ਕਰੇ ਭਾਈ ਹਰ ਮਨ ਕਬੱਡੀ ਇੱਕੀ ਛੱਤੀ ਦਾ ਸਮਾਂ ਜੀ ਵਾਹੋ ਦੀਪਾ ਇਹ ਬੱਬੂ ਉਪਦੇਸ਼ਾਂ ਕੰਮਾਂ ਬਲਾਲਾ ਬੁਰਦਾਂ 'ਚ ਕੱਲ੍ਹ ਪਹਿਲਾ ਦੂਆ ਇਹਨਾਂ ਦੇ ਦਿੱਤਾ ਭਾਈ ਬੁੱਗਾ ਚੈੜੀਆਂ ਨਾਲ ਇੱਕੀ ਛੱਤੀ ਦਾ ਸਮਾਂ ਇਹਨਾਂ ਦਾ ਬਾਈ ਕੰਮਾਂ ਬਲਾਲਾ ਰਾਜੂ ਸਰਾਲਾ ਬਾਬੂ ਉਪਦੇਸ਼ਾਂ ਗੋਗੀ ਹਰੀਪੁਰ ਅਕਬਾਲ ਸਿਆੜ ਤਿਆਰੀ ਆ ਭਾਈ ਇਹ ਸ਼ਬਦ ਤੀ ਆ ਬਈ ਚੌਥੀ ਵਜਣੀ ਹੁਣ ਆਪਾਂ ਨੇ ਮਾਲਕ ਪਰ ਇਕੱਲੇ ਖੀਰੇ ਭੱਜਣੇ ਆ 25 ਤਰੀਕ ਨੂੰ ਬਹੁਤ ਵੱਡੇ ਵੱਡੇ ਇਨਾਮਾਂ 'ਚ ਮੇਲਾ ਰੱਖਿਆ ਮਲਕਪੁਰੀਆਂ ਨੇ ਵੀ 19 ਨੂੰ ਬੌੜ ਦਾ 20 ਨੂੰ ਬੱਚੇ ਪਿਛਲੇ ਸਾਲ ਉਹਦੇ ਮੋਟਰਸਾਈਕਲ 'ਤੇ ਮੈਂ ਇੱਕ ਦੇਖਿਆ ਰੱਬੋ ਵਾਲੇ ਉਹ ਪਹਿਲਾਂ ਨਾਮ ਨਹੀਂ ਦੱਸਦੇ ਖੇਡ 'ਤੇ ਜਾ ਕੇ ਪਤਾ ਲੱਗਦਾ ਆ ਗਈ ਭਾਈ ਵੀ ਕਿਆ ਨਾਮ ਦੇਣੇ ਆ ਉਹਨਾਂ ਨੇ ਬਾਈ 94 ਦਾ ਸਮਾਂ ਜੀ ਰਾਜ ਚੌਧਰੀ ਰਾਮਪੁਰਾ ਰਾਜ ਚੌਧਰੀ ਬਾਹੋ ਚੌਧਰੀ ਗੁਰਬਾਣੀ ਕਰ ਗਿਆ ਡਾਕਟਰ ਕਹਿੰਦੀ ਪਿੰਡ ਕੋਲੇਵਾਲ ਲਓ ਜੀ ਮਾਨੇ ਖਾ ਭੂਦੇ ਨੇ 1950 ਦਾ ਸਮਾਂ ਜਿਹੜਾ ਲੱਗਿਆ ਅੰਮ੍ਰਿਤ ਜੰਡ ਤਰੂ ਦਾਉਦਰ ਮੀਤਾ ਮਿਲ ਗਿਆ ਉਹਨਾਂ ਪੁੱਛਿਆ ਦਾ ਘੱਟ ਸਮਾਂ ਵੀ ਅੱਛਾ ਵੀ ਰਾਜ ਹੈੜੀ ਕੇ ਆਹ ਹੁਣੇ ਜਿਹਨਾਂ ਨੇ ਦੌੜਾਂ ਵੀ ਕਰਾਈਆਂ ਸਾਡੇ ਬੱਚੇ ਅਜੀਜ਼ ਹੈ ਇਹ ਰਾਜ ਹੈੜੀ ਕੇ ਵਾਲੇ 500 ਰੁਪਇਆ ਸਪੈਸ਼ਲ ਨਾਮ ਦੇ ਕੇ ਬੱਚੇ ਆ ਗਏ ਭਾਈ ਮੇਰਾ ਮਾਣ ਕਰਦੇ ਆ ਮੈਂ ਧੰਨਵਾਦੀ ਆਪਣੇ ਬੱਚਿਆਂ ਦਾ ਵੀ 500 ਰੁਪਇਆ ਜੱਸੂ ਨੂੰ ਵੀ ਦਿੰਦੇ ਘੋੜੀਆਂ ਨੂੰ ਰਾਜ ਹੈੜੀ ਕੇ ਸਾਡਾ ਬੱਚਾ ਭਾਈ ਸਤਾਈ 84 ਕਾਲਾ ਹੁਸ਼ਿਆਰਪੁਰ ਜਾਣਗੇ ਰੋਪੜ ਦੀ ਮੰਡੀ ਜਿਹੜਾ ਇੰਨਾ ਉੱਚਾ ਡੈਮ ਲਾਉਂਦਾ ਭਾਈ ਉੱਥੇ ਦੁੱਧ ਨਹੀਂ ਪੀਣਾ ਉਹਨੇ ਉੱਥੇ ਰੋਪੜ ਵਿਕੂ ਜਾ ਕੇ ਮੁਕਦਰ ਇਹਨਾਂ ਦੇ ਵੀ ਲਓ ਜੀ ਘੱਟ ਸਮਾਂ ਮਾਨੇ ਖਾ ਪੂਜਨ ਜਿੱਦਣ ਇਸੜੇ ਆਪਾਂ ਮੇਲਾ ਕਰਾ ਕੇ ਆਏ ਹਾਂ ਮਾਨੇ ਖਾ ਦੇ ਦੋਵੇਂ ਬੱਚੇ ਆਪਦੇ ਘਰ ਦੇ ਜਿੱਤ ਗਏ 1950 'ਚ ਵੀ ਸਮਾਂ ਲਾਇਆ ਮਾਨੇ ਖਾ ਪੂਜਨ ਨਾਲ ਬੜਾ ਭੱਜਿਆ ਅੰਮ੍ਰਿਤ ਜੰਡ ਤਰੂ ਦਾਉਦਰ ਮੀਤਾ ਮਿਲ ਗਿਆ ਇਹ ਉਹਨਾਂ ਦਾ ਸਮਾਂ ਭਾਈ 1950 ਦਾ ਜੰਗ ਸਿੰਘ ਬਲਾਲਾ ਕੋਈ ਨੀ ਜੀ ਬੱਚੇ ਹੈ ਹਾਂ 87 ਉੱਚਾ ਜਿਵੇਂ ਕਿਹਾ ਵੀ ਰੋਪੜ ਜਾਣਗੇ ਡਰਨਾ ਟਾਈਮ ਤੇ ਬੰਦ ਜਿੰਨਾ ਹੈਗਾ ਆਪਾਂ ਨੂੰ ਨਹੀਂ ਬੋਲਣਾ ਸੀਰੇ ਹੋਣੀ ਗੁਰਪ੍ਰੀਤ ਹੋਣੀ ਲਾਲ ਤੋਂ ਪਹੁੰਚੇ ਹੋਏ ਧੰਨਵਾਦ ਕਰਦੇ ਆਪਣੇ ਵੀਰਾਂ ਦਾ ਬੜੀ ਮਿਹਰਬਾਨੀ ਲਾਲ ਪਿੰਡ ਵੀ ਅੱਜ ਮਸ਼ਹੂਰ ਹੈ ਭਾਈ ਖੇਡਾਂ ਦੇ ਵਿੱਚ ਵੱਡੇ ਵੱਡੇ ਮੇਲੇ ਵੀ ਕਰਾਉਂਦੇ ਬਹੁਤ ਬੱਚੇ ਵੀ ਇਹਨਾਂ ਦੇ ਨਾਮੀ ਭੱਜਦੇ ਆ ਭਾਈ ਜੋੜੋ ਜੀ
ਚੌਥੀ ਸ਼ਿਫਟ ਵਾਲੇ ਵੀਰੋ ਆਪਣੀ ਤਿਆਰੀ ਕਰ ਲਓ, ਚੌਥੀ ਸ਼ਿਫਟ ਵਾਲੇ ਵੀਰ ਆਪਣੀ ਤਿਆਰੀ ਕਰ ਲੈਣੀ ਜੀ। ਆਗੀ ਭਾਈ ਚੌਵੀ ਪੈਂਤੀ ਦਾ ਸਮਾਂ ਜੀ, ਚੌਵੀ ਸੈਕਿੰਡ ਪੈਂਤੀ ਪੁਆਇੰਟ। ਇਹ ਮਾਉੜ ਦੇ ਆਨੰਦਪੁਰ ਦੇ ਗੁਰਬਾਨੀ ਕਰ ਗਿਆ ਲੱਕੀ ਲੁਹਾਰ ਮਾਜਰਾ, ਲੱਕੀ ਲੁਹਾਰ ਮਾਜਰਾ ਨੇ ਗੁਰਬਾਨੀ ਕਰੀ, ਬਹਿੜੇ ਭੱਜ ਗਏ ਮਾਉੜ ਉਹਨਾਂ ਦੇ। ਮਾਉੜ ਆਨੰਦਪੁਰ ਕਲਾਉੜ ਬਾਬਾ ਰੋਡੂ ਜੀ ਯਾਦਗਾਰੀ ਖੇਡ ਮੇਲਾ ਹੁੰਦਾ ਹਰ ਇੱਕ ਸਾਲ ਉੱਤੇ ਵੀ। ਇਹ ਉਸ ਇਲਾਕੇ ਦੇ ਦੋ ਮੇਲੇ ਮਸ਼ਹੂਰ ਹੈ, ਜੇ ਮੁੰਡੇ ਦੇ ਪਾਪਰਾਂ ਲੰਘ ਜਾਈਏ। ਬਾਬਾ ਰੋਡੂ ਜੀ ਆਨੰਦਪੁਰ, ਰੁਪਾਲ ਹੇੜੀ, ਬਾਬਾ ਰੰਗੀ ਰਾਮ ਜੀ ਰੁਪਾਲ ਹੇੜੀ, ਬਾਬਾ ਰੋਡੂ ਜੀ ਆਨੰਦਪੁਰ। ਆ ਗਈ ਭਾਈ ਕੱਲ੍ਹ ਬਾਬਾ ਮੁਨੀ ਜੀ ਦਾਸ ਜੀ ਕਲਾਲ ਮਾਜਰੇ ਦੀ, ਅੱਜ ਕੱਲ੍ਹ ਕਲਾਲ ਮਾਜਰੇ ਦੌੜਾਂ ਹੋਈਆਂ। ਸਵਾ ਭਾਈ 1953 ਦਾ ਹੈ, ਕੱਖ ਓਲੇ ਲੱਖ ਰਹਿ ਗਿਆ ਜੀ 1953। ਹਰਸ਼ ਮੁੰਡੀਆਂ, ਸੋਖਾ ਮੁੰਡੀਆਂ, ਹੈਪੀ ਮੁੰਡੀਆਂ, ਪਰਮ ਆਨੰਦਪੁਰ ਲਓ ਜੀ 3 ਇਸ਼ਾਰੀਆਂ। ਇਹ ਸਾਥੀਆਂ ਨੇ ਮੈਨੂੰ ਮੋਟਰਸਾਈਕਲ ਦਿੱਤਾ ਤਾਂ ਪਿਛਲੇ ਸਾਲ, ਹੁਣ ਮਿੱਤਰੋ ਜਾਂ ਤਾਂ ਮੋਟਰਸਾਈਕਲ ਦੇਖਾਂਗੇ ਜਾਂ ਇਨਸਾਫ ਦੇਖਾਂਗੇ। ਬੜਾ ਕੌਣ ਹੈ, ਇਨਸਾਫ ਬੜਾ ਕਿ ਮੋਟਰਸਾਈਕਲ ਬੜਾ? ਮੇਰੀ ਸਮਝ ਨਾਲ ਇਨਸਾਫ ਬੜਾ, ਆਪਾਂ ਇਨਸਾਫ ਦੇਖਣਾ। ਹੁਣ ਸਾਡੀ ਕੋਈ ਉਮਰ ਨਹੀਂ ਭਜਾਉਣਦੀ, ਵੈਸੇ ਤੁਸੀਂ ਸਾਡੇ ਇਨਸਾਫ ਕਰਕੇ ਸਾਨੂੰ ਸੱਦੀ ਜਾਂਦੇ ਹੋ। ਮੈਂ ਕੱਲ੍ਹ ਵੀ ਗੱਲ ਕਰੀ ਤੀ ਵੀ ਮਿੱਤਰੋ ਮੈਂ 2018 ਦੀਆਂ ਜਿੰਨੀਆਂ ਖੇਡਾਂ ਭਜਾ ਦੇਣੀਆਂ ਉਹਦੇ ਬਾਅਦ ਤੋਂ ਮਾਫ਼ੀ ਮੰਗ ਲੈਣੀ ਹੈ। ਬਹੁਤ ਸਮਾਂ ਹੋ ਗਿਆ ਭਾਈ ਗਾਂ ਗਾਂ, ਤੁਹਾਨੂੰ ਪਤਾ ਵੀ ਉਮਰਾਂ ਦਾ ਵੀ ਫਰਕ ਪੈਂਦਾ। ਮੈਂ ਤਾਂ ਜ਼ਿਆਦਾ ਨਹੀਂ ਸਮਾਂ, 20-25 ਸਾਲ 'ਤੇ ਤਾਂ ਮੈਨੂੰ ਕਈ ਸਾਥੀ, ਉਹਨਾਂ 'ਚੋਂ ਕੁਝ ਸਾਥੀਆਂ ਦੀ ਨਿਸ਼ਾਨਾ ਇਹ ਰਿਹਾ ਮਾਸਟਰ ਦੀ ਨਿਗਾਹ ਘੱਟ ਗਈ। ਜਦ ਇਹ ਰੌਲਾ ਜਿਹਾ ਪਿਆ ਵੀ ਮਾਸਟਰ ਦੀ ਨਿਗਾਹ ਘੱਟ ਗਈ, ਰਾਮਪੁਰ ਦੌੜਾਂ ਆ ਗਈਆਂ, ਰਾਮਪੁਰ ਨੇੜੇ ਕਟਾਉਣੀ ਆ ਗਈ ਭਾਈ। ਮੈਂ ਜਾ ਕੇ ਨਿਸ਼ਾਨੀ ਲਾਈ 7.5 ਕਿੱਲਿਆਂ ਪਰ, ਬਾਲ ਘੁਮਾ ਕੇ ਲਿਆਏ। ਕਈ ਸਾਥੀ ਕਹਿਣ ਲੱਗੇ ਮਾਟਰ ਬਾਟ ਕਿੰਨੀ ਰੱਖੀ ਹੈ, ਮੈਂ 5.5 ਕਿੱਲੇ। ਪੂਰਾ ਤਿਆਰੀ ਦਾ ਸਮਾਂ ਜੀ, ਸਰਦਾਰ ਪਵਿੱਤਰ ਸਿੰਘ ਸਰਦਾਰ ਕਾਲਾ ਪਿੰਡ ਰਸੂਲ ਗੜਬਾਨੀ ਕਰ ਗਿਆ ਵੀ ਜੱਗੀ ਖੇਡਦੇ ਹਾਂ। ਮੈਂ 5.5 ਕਿੱਲੇ ਕਿਹਾ, ਉਹ ਕਹਿੰਦੇ ਨਹੀਂ ਮਾਟਰ ਭੁਲੇਖਾ ਲੱਗ ਗਿਆ। ਮੈਂ ਨਹੀਂ, ਮੈਨੂੰ ਨਹੀਂ ਭੁਲੇਖਾ ਲੱਗਿਆ, ਤੁਸੀਂ ਭੁੱਲ ਗਏ 5.5 ਕਿੱਲੇ। ਬਾਲ ਭੱਜਣ ਲੱਗ ਗਏ, ਜਾਂ ਟਾਈਮ ਬੋਲ ਹੋਵੇ, ਕਈ ਦੀ ਫੂਕ ਸਰ ਗਈ। ਆ ਗਈ ਭਾਈ, ਉਹ ਮੈਂ ਕਿਹਾ ਵੀ ਮਾਸਟਰ ਨੂੰ ਦੇਖਣ ਲੱਗ ਗਿਆ। ਕਈ ਨੇ ਕਿਹਾ ਮਾਸਟਰ ਜੀ ਗਲਤੀ ਹੋ ਗਈ, ਮੁੜ ਕੇ ਨਹੀਂ ਕਹਿੰਦੇ। ਔਰ ਸਾਡੇ ਵੱਲੋਂ ਤਾਂ ਭਾਈ ਦੂਏ ਸਮਾਣੇ ਦੇ ਪਾਰ 'ਤੇ ਭਜਾ ਰਹੇ ਹੋ, ਮੈਂ ਤਾਂ ਪਰਲੇ ਸਮਾਣੇ 'ਤੇ ਵੀ ਭਜਾ ਦੂੰ। ਪਰ ਆਪਾਂ ਬਹੁਤ ਵੀ ਦੇਖਣੇ, ਬੱਚੇ ਵੀ ਦੇਖਣੇ, ਗਰਮੀ ਵੀ ਦੇਖਣੀ ਹੈ। ਛੱਬੀ 82 ਦਾ ਸਮਾਂ ਜੀ, ਅਮਨ ਮੁੰਡੀਆਂ 26-82। ਇਹ 3ਜੀ ਸ਼ਿਫਟ ਮੱਜ ਰਹੀ ਹੈ, ਅਸੀਂ ਬੇਤਰਵਾਦੀ ਹਾਂ ਸਰਦਾਰ ਸੁਰਮੁਖ ਸਿੰਘ ਜੀ ਇਟਲੀ। ਲਓ ਜੀ 3 ਸ਼ਿਫਟ ਭੱਜ ਗਈ ਹੈ,
ਚੌਥੇ ਵਾਲੇ ਨੂੰ ਬੇਨਤੀ ਆਪਣੇ ਜੋੜੀਆਂ ਲੈ ਕੇ ਲੰਘੋ। ਐਡੀਓ ਸਰਦਾਰ ਬਲਵਿੰਦਰ ਸਿੰਘ ਜੀ ਪੂਜਨ, ਧੰਨਵਾਦ ਕਰਦੇ ਹਾਂ ਸਪੈਸ਼ਲ ਨਾਮ ਦੇ ਕੇ ਗਏ, ਬੜੀ ਮਿਹਰਬਾਨੀ। ਲਓ ਜੀ ਕੀ ਨਾਮ ਅਸੀਂ ਰੱਖੇ, ਬਾਈਵਾਂ ਨਾਮ ਸਵਰਗੀ ਸਰਦਾਰ ਨੇਤਰ ਸਿੰਘ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਜੀ 1100 ਰੁਪਏ ਦਿੱਤਾ ਜਾਊਗਾ। ਬਾਈਵਾਂ ਨਾਮ ਸਵਰਗੀ ਨੇਤਰ ਸਿੰਘ ਉਹਨਾਂ ਦੀ ਯਾਦ ਦੇ ਵਿੱਚ, ਦੇਖੋ ਸਾਡੇ 21 ਜਿਹੜੇ ਨਾਮ ਹੈ ਨਾਲ ਚੁੱਟ ਵੀ ਹੈ ਇਨਾਮ। ਮੇਰੀ ਬੇਨਤੀ ਇਸ ਤਰ੍ਹਾਂ ਦਿਆ ਕਰੋ, ਚੁੱਲ ਪਹਿਲੇ ਨੰਬਰਾਂ ਨੂੰ ਜ਼ਰੂਰ ਦਿਆ ਕਰੋ। ਸਰਦਾਰ ਦਰਬਾਰਾ ਸਿੰਘ ਜੀ ਸਮਾਨਪੁਰ, ਸਾਡੇ ਪਰ ਮਿੱਤਰ ਨੇ, ਪੁਰਾਣੇ ਘਲਾਟੀਏ ਨੇ, ਬੜੇ ਨਾਮੀ ਬੋਲ ਭੱਜੇ ਸਰਦਾਰ ਦਰਬਾਰਾ ਸਿੰਘ, ਉਹਨਾਂ ਦੇ ਖੇਡ ਮੇਲੇ ਪਹੁੰਚੇ ਹੋਏ ਨੇ। ਧੰਨਵਾਦ ਕਰਦਾ ਜੀ, ਬੜੀ ਮਿਹਰਬਾਨੀ ਸਰਦਾਰ ਦਰਬਾਰਾ ਸਿੰਘ ਜੀ, ਧੰਨਵਾਦ ਤੁਹਾਡਾ। ਧੰਨਵਾਦੀਆਂ ਬਾਈ, ਬੜੀ ਮਿਹਰਬਾਨੀ, ਜਿਉਂਦੇ ਰਹੋ। ਕੋਈ ਸਮਾਂ ਤਾਂ ਜਦੋਂ ਸਮਾਨਪੁਰ ਦੇ ਚੌਰੇ ਉਹ ਨਹੀਂ, ਅੰਗਰੇਜ਼ ਉਹ ਨਹੀਂ, ਕਾਲੇ ਉਹ ਨਹੀਂ, ਸਹਾਏ ਉਹ ਨਹੀਂ, ਬੱਕਰੇ ਉਹ ਨਹੀਂ ਭੱਜੇ। ਲਓ ਜੀ ਧੰਨਵਾਦੀ ਹਾਂ ਬਾਈ ਭਿੰਦਰ ਸਿੰਘ ਰੁੜਕੀ, ਵਾਹ ਜੀ ਵਾਹ, ਸਾਡੇ ਮਿੱਤਰ ਵੀ ਨੇ, 1100 ਰੁਪਇਆ ਖੇਡ ਵਾਸਤੇ ਦਿੰਦੇ ਹਾਂ ਅਸੀਂ ਬਾਈ ਭਿੰਦਰ ਸਿੰਘ ਰੁੜਕੀ ਦਾ ਵੀ ਧੰਨਵਾਦ ਕਰਦੇ ਹਾਂ। ਧੰਨਵਾਦੀ ਹਾਂ ਸਰਦਾਰ ਸੁਰਮੁਖ ਸਿੰਘ ਜੀ ਇਟਲੀ, ਸਤਿ ਸ਼੍ਰੀ ਅਕਾਲ ਭਾਣਜਾ ਜੀ, ਕਿਆ ਹਾਲ ਹੈ। ਸਾਹ ਪੁੱਤਰ ਸਰਦਾਰ ਨੈਬ ਸਿੰਘ ਜੀ ਸਮਾਣਾ, ਉਦਘਾਟਨ ਦੇ ਸਮੇਂ 21000 ਰੁਪਇਆ ਦਿੱਤਾ। ਧੰਨਵਾਦੀ ਹਾਂ ਜੀ ਸਰਦਾਰ ਜਗਜੀਤ ਸਿੰਘ, ਇਹ ਪੋਤਰੇ ਨੇ ਬਾਈ ਹਰਦਿੱਤ ਸਿੰਘ ਅਤੇ ਬਾਈ ਮਹਿੰਦਰ ਸਿੰਘ ਉਹਨਾਂ ਦੇ, ਜਗਜੀਤ ਸਿੰਘ ਅਤੇ ਕਰਮਜੀਤ ਟੋਨਾ। 51000 ਰੁਪਇਆ ਸਰਦਾਰ ਜਗਜੀਤ ਸਿੰਘ ਉਹਨਾਂ ਨੇ ਭੇਜਿਆ, 15000 ਰੁਪਇਆ ਸਰਦਾਰ ਕਰਮਜੀਤ ਟੋਨੇ ਨੇ ਭੇਜਿਆ, ਧੰਨਵਾਦ ਕਰਦੇ ਹਾਂ। ਧੰਨਵਾਦੀ ਹਾਂ ਸਰਦਾਰ ਹਰਨੇਕ ਸਿੰਘ ਜੀ ਸੋਨੀ ਜਬੰਦਾ, ਉਹਨਾਂ ਵੱਲੋਂ ਵੀ 15000 ਰੁਪਇਆ। ਧੰਨਵਾਦੀ ਅਸੀਂ ਸੰਤ ਬਾਬਾ ਕਰਮ ਸਿੰਘ ਜੀ ਨਸਲਪੁਰ, ਉਹਨਾਂ ਵੱਲੋਂ ਵੀ 5100 ਰੁਪਇਆ। ਧੰਨਵਾਦੀ ਹਾਂ ਭਾਈ ਅਸੀਂ ਇਹਨਾਂ ਵੀਰਾਂ ਦੇ, ਬੜੀ ਮਿਹਰਬਾਨੀ। ਧੰਨਵਾਦੀ ਹਾਂ ਬੁੱਗਾ ਚੈੜੀਆਂ ਅਰਵਿੰਦਰ ਚਿੰਤਗੜ੍ਹ, ਜਿਹਨਾਂ ਨੇ ਭਾਈ ਹਰਪਾਲ ਸਿੰਘ ਚਿੰਤਗੜ੍ਹ ਪਹਿਲੇ ਨੰਬਰ ਨੂੰ 1000 ਰੁਪਇਆ ਹੋਰ ਦੇਣਾ ਵੀ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਬੜੀ ਮਿਹਰਬਾਨੀ।